ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਜਗਮੀਤ ਸਿੰਘ ਹਠੂਰ। ਅੱਜ ਇੱਕ ਫਿਰ ਕਹਾਣੀ ਲੈ ਕੇ ਹਾਜ਼ਰ ਹਾਂ। ਕਹਾਣੀ ਹੈ ਅਸਲੀ ਘਰ ਕਿਹੜਾ। ਤਾਂ ਚਲੋ ਕਹਾਣੀ ਸ਼ੁਰੂ ਕਰਦੇ ਹਾਂ। ਉਹਦਾ ਨਾਮ ਮੀਤੋ ਸੀ, ਦੋ ਭਰਾਵਾਂ ਦੀ ਇਕੱਲੀ ਭੈਣ। ਸਭ ਉਸਨੂੰ ਕਮਲੀ ਵੀ ਕਹਿੰਦੇ ਸੀ, ਕਿਉਂਕਿ ਉਹ ਹਰ ਵੇਲੇ ਹੱਸਦੀ ਰਹਿੰਦੀ ਸੀ। ਜਦੋਂ ਵੀ ਦੇਖੋ ਖਿੜਖਿੜਾਉਂਦੀ ਰਹਿੰਦੀ। ਸਭ ਨੇ ਉਸਨੂੰ ਹੱਸਦੀ ਦੇਖ ਕੇ ਖੁਸ਼ ਹੋ ਜਾਣਾ ਅਤੇ ਅਕਸਰ ਕਹਿੰਦੇ ਕਿ ਦੇਖੋ ਕਿੰਨਾ ਹੱਸਦੀ ਹੈ ਇਹ, ਕਮਲੀ ਜੀ ਨਾ ਹੋਵੇ ਤਾਂ। ਹਰ ਇੱਕ ਨੂੰ ਉਸਦਾ ਹੱਸਦਾ ਚਿਹਰਾ ਦੇਖ ਕੇ ਬਹੁਤ ਖੁਸ਼ੀ ਹੁੰਦੀ। ਪਰ ਮੀਤੋ ਦੀ ਜ਼ਿੰਦਗੀ ਦਾ ਸੱਚ ਕੀ ਸੀ? ਉਹ ਸਿਰਫ ਮੀਤੋ ਜਾਣਦੀ ਸੀ। ਸਾਰੀ ਦਿਹਾੜੀ ਹੱਸਣ ਵਾਲੀ ਮੀਤੋ ਨੇ ਰਾਤ ਨੂੰ ਰੱਬ ਨਾਲ ਗੱਲਾਂ ਕਰਕੇ ਸੌਣਾ, ਕਿਉਂਕਿ ਸਾਰੀ ਦੁਨੀਆ ਵਿੱਚ ਉਸਨੂੰ ਰੱਬ ਹੀ ਆਪਣਾ ਜਾਪਦਾ ਸੀ। ਨਿੱਕੀ ਉਮਰੇ ਮੀਤੋ ਨੂੰ ਆਪਣੀ ਮਾਂ ਦਾ ਪਿਆਰ ਨਸੀਬ ਨਾ ਹੋਇਆ, ਕਿਉਂਕਿ ਉਸਦੀ ਮਾਂ ਆਪਣੇ ਪੁੱਤਾਂ ਵਿੱਚ ਹੀ ਗਵਾਚੀ ਰਹਿੰਦੀ ਸੀ। ਉਹਨਾਂ ਨੂੰ ਹੀ ਲਾੜ ਲੜਾਉਂਦੀ ਰਹਿੰਦੀ। ਆਪਣੀ ਧੀ ਤਾਂ ਜਿਵੇਂ ਉਸਨੂੰ ਭੁੱਲ ਹੀ ਗਈ ਸੀ। ਪਰ ਖੁਸ਼ ਨਸੀਬੀ ਨਾਲ ਮੀਤੋ ਦਾ ਬਾਪੂ ਆਪਣੀ ਧੀ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਸਨੂੰ ਆਪਣਾ ਪੁੱਤ ਹੀ ਸਮਝਦਾ, ਉਹਦੀ ਹਰ ਖੁਸ਼ੀ ਦਾ ਧਿਆਨ ਰੱਖਦਾ। ਮੀਤੋ ਦਾ ਬਾਪੂ ਤਾਂ ਉਸਨੂੰ ਅਕਸਰ ਇਹੀ ਕਹਿੰਦਾ, ਤੂੰ ਮੇਰੀ ਮੀਤੋ ਨਹੀਂ, ਤੂੰ ਤਾਂ ਮੇਰਾ ਮੀਤਾ ਹੈ, ਮੇਰਾ ਤੀਜਾ ਪੁੱਤ, ਮੈਨੂੰ ਮਾਣ ਆ ਪੁੱਤ ਤੇਰੇ ਤੇ ਤੂੰ ਮੇਰਾ ਸ਼ੇਰ ਬੱਗਾ ਹੈ, ਸ਼ੇਰ ਬੱਗਾ। ਇਹ ਗੱਲਾਂ ਮੀਤੋ ਦਾ ਦਿਲ ਖੁਸ਼ ਰੱਖਦੀਆਂ। ਮੀਤੋ ਵੀ ਇਹੀ ਸੋਚਦੀ ਸੀ ਕਿ ਜੇ ਮੇਰੇ ਬਾਪੂ ਜੀ ਮੈਨੂੰ ਆਪਣਾ ਪੁੱਤ ਸਮਝਦੇ ਹਨ ਤਾਂ ਮੈਂ ਵੀ ਇਹਨਾਂ ਦਾ ਪੁੱਤ ਬਣ ਕੇ ਹੀ ਰਹਾਂਗੀ ਅਤੇ ਇਹਨਾਂ ਦਾ ਸਿਰ ਸਦਾ ਉੱਚਾ ਰੱਖਾਂਗੀ। ਹੌਲੀ ਹੌਲੀ ਸਮਾਂ ਬੀਤਦਾ ਗਿਆ। ਮੀਤੋ ਅਤੇ ਉਸਦੇ ਭਰਾ ਜਵਾਨ ਹੋ ਗਏ, ਭਰਾਵਾਂ ਦੇ ਵਿਆਹ ਹੋ ਗਏ ਅਤੇ ਉਹਨਾਂ ਨੇ ਆਪਣੇ ਅਲੱਗ ਅਲੱਗ ਪਰਿਵਾਰ ਵਸਾ ਲਏ। ਅਗਰ ਕਦੇ ਘਰ ਵਿੱਚ ਕੋਈ ਵੱਡੀ ਗੱਲ ਹੋਣੀ ਤੇ ਮੀਤੋ ਨੇ ਆਪਣੀ ਕੋਈ ਗੱਲ ਅੱਗੇ ਰੱਖਣੀ ਤਾਂ ਭਰਾ ਅਤੇ ਭਰਜਾਈਆਂ ਨੇ ਪਿੱਛੇ ਪੈ ਜਾਣਾ ਤੇ ਕਹਿਣਾ, ਇੱਥੇ ਮਤ ਆਣਾ ਦੇ, ਜਦੋਂ ਆਪਣੇ ਘਰ ਚੱਲ ਗਈ ਉੱਥੇ ਜਾ ਕੇ ਦਈ। ਭਰਾਵਾਂ ਅਤੇ ਭਰਜਾਈਆਂ ਦੇ ਮਨਾਂ ਵਿੱਚ ਮੀਤੋ ਪ੍ਰਤੀ ਇਹ ਖਟਾਸ ਇਸ ਲਈ ਸੀ ਕਿਉਂਕਿ ਜਦੋਂ ਦੋਵੇਂ ਭਰਾਵਾਂ ਨੇ ਆਪਣੇ ਮਾਤਾ ਪਿਤਾ ਦੀ ਸੰਭਾਲ ਕਰਨੀ ਛੱਡ ਦਿੱਤੀ ਸੀ ਤਾਂ ਮੀਤੋ ਹੀ ਸੀ ਜੋ ਉਹਨਾਂ ਨੂੰ ਸੰਭਾਲਦੀ ਤੇ ਦਿਲ ਤੋਂ ਸੇਵਾ ਕਰਦੀ। ਮੀਤੋ ਦੀ ਇਹ ਸੇਵਾ ਅਤੇ ਪਿਆਰ ਦੇਖ ਕੇ ਮੀਤੋ ਦੀ ਮਾਂ ਨੂੰ ਵੀ ਆਪਣੇ ਵੱਲੋਂ ਕੀਤੀਆਂ ਗਲਤੀਆਂ ਦਾ ਅਹਿਸਾਸ ਹੋ ਗਿਆ ਤੇ ਉਹ ਵੀ ਹੁਣ ਮੀਤੋ ਨੂੰ ਦਿਲ ਤੋਂ ਪਿਆਰ ਕਰਨ ਲੱਗ ਗਈ ਸੀ। ਘਰ ਦੇ ਇਹ ਹਾਲਾਤ ਦੇਖ ਕੇ ਪਹਿਲਾਂ ਤਾਂ ਮੀਤੋ ਨੇ ਸੋਚਿਆ ਕਿ ਮੈਂ ਕਦੇ ਵਿਆਹ ਹੀ ਨਹੀਂ ਕਰਾਵਾਂਗੀ ਤੇ ਬਾਪੂ ਦਾ ਮੀਤਾ ਬਣ ਕੇ ਉਹਨਾਂ ਦੀ ਹੀ ਸੇਵਾ ਕਰਾਂਗੀ। ਪਰ ਵਕਤ ਨੇ ਆਪਣੀ ਚਾਲ ਖੇਡੀ ਤੇ ਮੀਤੋ ਦਾ ਬਾਪੂ ਬਿਮਾਰ ਜਿਹਾ ਰਹਿਣ ਲੱਗ ਪਿਆ ਤੇ ਅਕਸਰ ਕਹਿੰਦਾ, ਮੀਤੋ ਹੁਣ ਪੁੱਤ ਤੇਰਾ ਵਿਆਹ ਕਰਕੇ ਮੈਂ ਮੇਰੀ ਜ਼ਿੰਮੇਵਾਰੀ ਪੂਰੀ ਕਰਨੀ ਏ ਤਾਂ ਕਿ ਤੂੰ ਆਪਣੇ ਘਰ ਜਾ ਕੇ ਮੌਜਾਂ ਮਾਣ ਸਕੇ। ਮੀਤੋ ਨੂੰ ਇਹ ਗੱਲਾਂ ਸੁਣ ਕੇ ਅਹਿਸਾਸ ਹੋਣਾ ਕਿ ਉਹ ਪੁੱਤਾਂ ਦੇ ਫਰਜ਼ ਨਿਭਾਉਣ ਦੇ ਬਾਅਦ ਵੀ ਆਪਣੇ ਪਿਤਾ ਦਾ ਪੁੱਤ ਨਾ ਬਣ ਸਕੀ, ਕਿਉਂਕਿ ਉਸਦੇ ਪਿਤਾ ਨੇ ਵੀ ਕਹਿਣਾ ਕਿ ਤੂੰ ਆਪਣੇ ਘਰ ਚਲੀ ਜਾਵੇਂ ਤੇ ਮੇਰੇ ਸਿਰ ਦਾ ਭਾਰ ਹਲਕਾ ਹੋ ਜਾਵੇ। ਮੀਤੋ ਨੇ ਅਕਸਰ ਆਪਣੇ ਮਨ ਵਿੱਚ ਸੋਚਣਾ, ਜੇ ਇਹ ਘਰ ਉਸਦੇ ਭਰਾ ਦਾ ਹੈ ਤਾਂ ਮੇਰਾ ਕਿਉਂ ਨਹੀਂ, ਜੰਮੀ ਤਾਂ ਮੈਂ ਵੀ ਇਸੇ ਘਰ ਵਿੱਚ ਸੀ, ਫਿਰ ਮੈਂ ਹਰ ਵਾਰੀ ਬੇਗਾਨੀ ਕਿਉਂ ਹੋ ਜਾਂਦੀ ਹਾਂ। ਇੱਕ ਦਿਨ ਮੀਤੋ ਨੇ ਸੋਚਿਆ ਕਿ ਕਿਤੇ ਉਸਦੇ ਵਿਆਹ ਦੀ ਚਿੰਤਾ ਵਿੱਚ ਹੀ ਤਾਂ ਨਹੀਂ ਉਸਦਾ ਬਾਪੂ ਬਿਮਾਰ ਹੋ ਰਿਹਾ, ਤਾਂ ਉਸਨੇ ਵੀ ਸਭ ਦੀ ਗੱਲ ਮੰਨਦੇ ਹੋਏ ਮਨ ਬਣਾ ਲਿਆ ਕਿ ਚੱਲ ਮੀਤੋ ਹੁਣ ਆਪਣੇ ਅਸਲੀ ਘਰ ਹੀ ਚੱਲੀਏ, ਸ਼ਾਇਦ ਇਹ ਘਰ ਸੱਚੀ ਵਿੱਚ ਹੀ ਤੇਰਾ ਨਹੀਂ। ਸਮਾਂ ਅੱਗੇ ਵਧਿਆ ਤੇ ਬੜੇ ਚਾਵਾਂ ਨਾਲ ਮੀਤੋ ਵਿਆਹ ਮਗਰੋਂ ਆਪਣੇ ਸਹੁਰੇ ਘਰ ਆਈ ਤੇ ਰੱਬ ਦਾ ਸ਼ੁਕਰੀਆ ਕਰਦੀ ਕਿ ਸ਼ੁਕਰ ਹੈ ਰੱਬਾ, ਤੂੰ ਮੈਨੂੰ ਮੇਰੇ ਅਸਲੀ ਘਰ ਭੇਜ ਦਿੱਤਾ ਹੈ ਤੇ ਇੰਨਾ ਚੰਗਾ ਪਰਿਵਾਰ ਜੋ ਦਿੱਤਾ ਹੈ। ਮੀਤੋ ਆਪਣੇ ਸੁਭਾਅ ਅਨੁਸਾਰ ਹੁਣ ਵੀ ਸਭ ਨੂੰ ਪਿਆਰ ਦਿੰਦੀ, ਆਪਣੇ ਸੱਸ ਸਹੁਰੇ ਨੂੰ ਆਪਣੇ ਮਾਂ ਬਾਪ ਦੀ ਥਾਂ ਰੱਖਦੀ, ਜੇਠ ਜਠਾਣੀ ਨੂੰ ਆਪਣੇ ਵੱਡੇ ਭੈਣ ਭਰਾ ਦੀ ਤਰ੍ਹਾਂ ਸਮਝਦੀ। ਮੀਤੋ ਆਖਦੀ, ਰੱਬਾ ਮੈਂ ਹੁਣ ਸਮਝ ਗਈ ਹਾਂ ਕਿ ਪਿਛਲੇ ਰਿਸ਼ਤੇ ਤਾਂ ਸ਼ਾਇਦ ਤੂੰ ਮੈਨੂੰ ਰਿਸ਼ਤਿਆਂ ਨੂੰ ਸਮਝਾਉਣ ਵਾਸਤੇ ਹੀ ਦਿੱਤੇ ਸੀ, ਮੇਰਾ ਅਸਲੀ ਘਰ ਤਾਂ ਸੱਚੀ ਇਹੀ ਹੈ, ਸਾਰੇ ਹੀ ਸਹੀ ਕਹਿੰਦੇ ਸੀ। ਮੀਤੋ ਦਾ ਪਤੀ ਸਾਜਨ ਵੀ ਇੱਕ ਚੰਗਾ ਇਨਸਾਨ ਸੀ। ਮੀਤੋ ਸਾਜਨ ਨਾਲ ਹਰ ਗੱਲ ਸਾਂਝੀ ਕਰਦੀ
ਤੇ ਰੱਬ ਦਾ ਸ਼ੁਕਰੀਆ ਅਦਾ ਕਰਦੀ ਕਿ ਉਹ ਉਸ ਨੂੰ ਸਾਰੀਆਂ ਖੁਸ਼ੀਆਂ ਦੇ ਰਿਹਾ ਹੈ। ਸੁੱਖ ਨਾਲ 2 ਮਹੀਨੇ ਬਹੁਤ ਖੁਸ਼ੀ ਖੁਸ਼ੀ ਬੀਤੇ। ਮੀਤੋ ਦੇ ਪਿਆਰੇ ਸੁਭਾਅ ਕਰਕੇ ਸਭ ਉਸ ਨੂੰ ਪਿਆਰ ਦਿੰਦੇ, ਪਰ ਇਹ ਸਭ ਉਸਦੀ ਜਠਾਣੀ ਨੂੰ ਚੁਭਣ ਲੱਗਾ। ਉਸ ਨੂੰ ਲੱਗਾ ਕਿ ਕਿਤੇ ਇੰਜ ਹੀ ਇਹ ਆਪਣੇ ਪਿਆਰੇ ਸੁਭਾਅ ਕਰਕੇ ਸਭ ਦੇ ਦਿਲਾਂ 'ਚ ਜਗ੍ਹਾ ਨਾ ਬਣਾ ਲਵੇ। ਇੰਜ ਤਾਂ ਇਹ ਹਰ ਕੰਮ ਵਿੱਚ ਉਸ ਤੋਂ ਉੱਪਰ ਹੋ ਜਾਵੇਗੀ ਤੇ ਉਸ ਦੀ ਤਾਂ ਪੁੱਛ ਪੜਤਾਲ ਹੀ ਕੱਟ ਜਾਵੇਗੀ। ਪਰ ਉਹ ਕਮਲੀ ਇਹ ਨਾ ਸਮਝ ਸਕੀ ਕਿ ਮੀਤੋ ਕਮਲੀ ਤਾਂ ਬਸ ਪਿਆਰ ਦੀ ਭੁੱਖੀ ਹੈ, ਨਾ ਕਿ ਕਿਸੇ ਥਾਂ ਦੀ। ਉਸ ਨੂੰ ਤਾਂ ਬਸ ਸਭ ਦਾ ਪਿਆਰ ਚਾਹੀਦਾ ਹੈ, ਆਪਣੀ ਜੇਠਾਣੀ ਦਾ ਵੀ, ਨਾ ਕਿ ਉਸ ਦੀ ਥਾਂ। ਪਰ ਜੇਠਾਣੀ ਇਹ ਸਮਝ ਨਾ ਸਕੀ ਤੇ ਉਹ ਸਦਾ ਆਪਣੀਆਂ ਹੀ ਬਿਉਂਤਾਂ ਬਣਾਉਂਦੀ ਰਹਿੰਦੀ ਕਿ ਕਿਵੇਂ ਮੀਤੋ ਦਾ ਕੱਦ ਘਰ ਵਿੱਚ ਛੋਟਾ ਕਰਨਾ ਹੈ। ਅੱਜ ਮੀਤੋ ਆਪਣੀ ਜੇਠਾਣੀ ਦਾ ਵਹਿਮ ਤੋੜਨ ਅਤੇ ਉਸਦਾ ਦਿਲ ਜਿੱਤਣ ਲਈ ਉਸਦੇ ਮਨਪਸੰਦ ਦੀ ਸਬਜ਼ੀ ਬਣਾ ਕੇ ਥਾਲੀ ਸਜਾ ਕੇ ਆਪਣੀ ਜੇਠਾਣੀ ਦੇ ਕਮਰੇ ਵਿੱਚ ਲੈ ਗਈ ਤੇ ਕਿਹਾ, ਦੀਦੀ ਲਓ ਰੋਟੀ ਖਾ ਲਓ, ਮੈਂ ਤੁਹਾਡੇ ਮਨਪਸੰਦ ਦੀ ਸਬਜ਼ੀ ਬਣਾਈ ਹੈ। ਪਰ ਉਸਦੀ ਜੇਠਾਣੀ ਨੇ ਉਸੇ ਵਕਤ ਸਬਜ਼ੀ ਚੁੱਕੀ ਤੇ ਬੈੱਡ 'ਤੇ ਖਿਲਾਰ ਦਿੱਤੀ ਤੇ ਬੋਲੀ, ਆਹ ਚੰਗੇ ਹੋਣ ਦਾ ਨਾਟਕ ਬੰਦ ਕਰ, ਮੈਂ ਤੈਨੂੰ ਮੇਰੀ ਥਾਂ ਨਹੀਂ ਲੈਣ ਦੇਵਾਂਗੀ ਕਦੇ ਵੀ, ਤੈਨੂੰ ਤਾਂ ਮੈਂ ਬਾਹਰ ਕਢਾ ਕੇ ਰੱਖੂ ਇਸ ਘਰ 'ਚੋਂ, ਬਾਲੀ ਚੰਗੀ ਜੀ ਬਣਦੀ ਆ। ਮੀਤੋ ਤਾਂ ਬਸ ਸੁੰਨ ਹੀ ਹੋ ਗਈ, ਉਸਦਾ ਗਲਾ ਭਰ ਆਇਆ ਤੇ ਅੱਖਾਂ 'ਚੋਂ ਤਿਪ ਤਿਪ ਪਾਣੀ ਵਹਿਣ ਲੱਗਾ। ਉਸ ਤੋਂ ਇੱਕ ਵੀ ਸ਼ਬਦ ਮੂੰਹੋਂ ਬੋਲਣਾ ਹੋਇਆ। ਜੇਠਾਣੀ ਨੇ ਇੱਕੋ ਪਲ ਰੰਗ ਬਦਲਦੇ ਹੋਏ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਸਾਰੇ ਘਰਦਿਆਂ ਦੇ ਅੱਗੇ ਕਹਿਣ ਲੱਗੀ, ਦੇਖੋ ਇਸਨੇ ਮੇਰੇ ਬੈੱਡ 'ਤੇ ਸਬਜ਼ੀ ਖਿਲਾਰ ਦਿੱਤੀ ਏ, ਕਿਉਂਕਿ ਮੈਂ ਇਹਦੀ ਬਣਾਈ ਸਬਜ਼ੀ 'ਚੋਂ ਰੋਟੀ ਪਾ ਕੇ ਲੈ ਆਈ ਸੀ। ਇਹ ਕਹਿੰਦੀ ਏ ਜੇ ਰੋਟੀ ਝੁਲਸਣੀ ਆ ਤਾਂ ਆਪ ਬਣਾ ਤੇ ਅੱਡ ਹੋ ਜਾ, ਇਹ ਤਾਂ ਅੱਡ ਹੋਣਾ ਚਾਹੁੰਦੀ ਹੈ ਤੇ ਆਪਣੇ ਘਰ ਨੂੰ 2 ਹਿੱਸਿਆਂ 'ਚ ਵੰਡਣਾ ਚਾਹੁੰਦੀ ਏ। ਜੇਠਾਣੀ ਦੀਆਂ ਇਹ ਗੱਲਾਂ ਸੁਣ ਸਾਰੇ ਮੀਤੋ ਮਗਰ ਪੈ ਗਏ। ਕਿਸੇ ਨੇ ਵੀ ਮੀਤੋ ਤੋਂ ਕੁਛ ਵੀ ਪੁੱਛਿਆ ਨਾ। ਮੀਤੋ ਦਾ ਪਤੀ ਸਾਜਨ ਵੀ ਬੋਲਿਆ, ਮੀਤੋ ਇਹ ਤੇਰਾ ਘਰ ਨਹੀਂ ਜਿੱਥੇ ਇਹ ਸਭ ਚੱਲੂ, ਜੇ ਇਹੀ ਕੁਝ ਕਰਨਾ ਏ ਤਾਂ ਆਪਣੇ ਘਰ ਚਲੀ ਜਾ। ਮੀਤੋ ਸੁੰਨ ਸੀ ਤੇ ਰੋਂਦੀ ਰੋਂਦੀ ਸਿਰਫ ਇੱਕੋ ਗੱਲ ਬੋਲੀ, ਮੇਰਾ ਅਸਲੀ ਘਰ ਕਿਹੜਾ ਏ, ਮੈਨੂੰ ਕੋਈ ਦੱਸ ਦਿਓ ਮੇਰਾ ਅਸਲੀ ਘਰ ਕਿਹੜਾ ਏ, ਮੇਰਾ ਅਸਲੀ ਘਰ ਕਿਹੜਾ ਏ। ਦੋਸਤੋ, ਅਕਸਰ ਕੁਝ ਚੰਗੇ ਲੋਕ ਹੁੰਦੇ ਨੇ ਜਿਨ੍ਹਾਂ ਦੀ ਚੰਗਿਆਈ ਨੂੰ ਆਪਣੇ ਲੋਕ ਉਹਨਾਂ ਦੀਆਂ ਚਾਲਾਂ ਦਾ ਨਾਮ ਦੇ ਦਿੰਦੇ ਨੇ। ਮੀਤੋ ਵਰਗੇ ਕਿਰਦਾਰ ਜ਼ਿੰਦਗੀ ਵਿੱਚ ਮਿਲਣੇ ਬਹੁਤ ਖੁਸ਼ਨਸੀਬੀ ਦੀ ਗੱਲ ਹੈ, ਜੋ ਸਦਾ ਪਿਆਰ ਦੇ ਬਦਲੇ ਪਿਆਰ ਦਿੰਦੇ ਨੇ। ਇਹ ਲੋਕ ਕਦੇ ਕਿਸੇ ਥਾਂ, ਅਹੁਦੇ, ਪੈਸੇ ਦੀ ਭੁੱਖ ਨਹੀਂ ਰੱਖਦੇ, ਇਹ ਲੋਕ ਤਾਂ ਸਿਰਫ ਪਿਆਰ ਦੀ ਭੁੱਖ ਰੱਖਦੇ ਨੇ, ਅਤੇ ਜੋ ਪਿਆਰ ਦੀ ਭੁੱਖ ਰੱਖਦੇ ਨੇ ਉਹਨਾਂ ਨੂੰ ਪਿਆਰ ਵੰਡਣਾ ਵੀ ਬਾਖੂਬੀ ਆਉਂਦਾ ਹੁੰਦਾ ਹੈ। ਅਤੇ ਇਸ ਜੇਠਾਣੀ ਵਰਗੇ ਕਿਰਦਾਰਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਅਗਰ ਤੁਹਾਡੀ ਜ਼ਿੰਦਗੀ ਵਿੱਚ ਕੋਈ ਮੀਤੋ ਵਰਗਾ ਕਿਰਦਾਰ ਹੈ ਤਾਂ ਆਪਣੀ ਤਾਕਤ ਨੂੰ ਦੁੱਗਣਾ ਸਮਝੋ, ਉਹ ਤੁਹਾਡੀ ਬਾਂਹ ਬਣ ਸਕਦਾ ਹੈ, ਉਸ ਨੂੰ ਕੱਟ ਕੇ ਨਾ ਸੁੱਟੋ, ਉਸ ਨੂੰ ਨਾਲ ਲੈ ਕੇ ਚੱਲੋ। ਇਹ ਕਹਾਣੀ ਇੱਕ ਸੱਚੀ ਘਟਨਾ ਦੇ ਆਧਾਰਿਤ ਹੈ, ਪਰ ਇਹ ਇੱਕ ਘਰ ਦੀ ਕਹਾਣੀ ਨਹੀਂ, ਇਹ ਕਹਾਣੀ ਸਾਡੇ ਸਮਾਜ ਵਿੱਚ ਬਹੁਤੇ ਘਰਾਂ ਦੀ ਹੈ। ਲੋੜ ਹੈ ਤਾਂ ਸਮਝਣ ਦੀ ਅਤੇ ਮੀਤੋ ਵਰਗੇ ਕਿਰਦਾਰਾਂ ਨੂੰ ਉੱਚਾ ਚੁੱਕਣ ਦੀ, ਨਾ ਕਿ ਉਹਨਾਂ ਨੂੰ ਥੱਲੇ ਦੱਬਣ ਦੀ। ਅਗਰ ਤੁਹਾਨੂੰ ਲੱਗਦਾ ਹੈ ਕਿ ਇਹ ਕਹਾਣੀ ਸਾਡੇ ਸਮਾਜ ਵਿੱਚ ਕਿਤੇ ਨਾ ਕਿਤੇ ਘਟਦੀ ਰਹਿੰਦੀ ਹੈ ਤਾਂ ਇਸ ਕਹਾਣੀ ਨੂੰ ਅੱਗੇ ਸਾਂਝਾ ਜ਼ਰੂਰ ਕਰਿਓ, ਤਾਂ ਕਿ ਕੋਈ ਹੋਰ ਸਾਜਨ ਅਤੇ ਜੇਠਾਣੀ ਵਰਗੇ ਕਿਰਦਾਰ ਸਮਝ ਸਕਣ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਜੋ ਮੀਤੋ ਹੈ ਉਹ ਕਿੰਨੀ ਚੰਗੀ ਹੈ ਅਤੇ ਉਸ ਚੰਗੀ ਮੀਤੋ ਨੂੰ ਸੰਭਾਲਣਾ ਉਹਨਾਂ ਦਾ ਫਰਜ਼ ਹੈ। ਦੋਸਤੋ, ਤੁਸੀਂ ਸੁਣ ਰਹੇ ਸੀ ਜਗਮੀਤ ਸਿੰਘ ਹਠੂਰ ਨੂੰ ਯੂਟਿਊਬ ਚੈਨਲ ਕਲਮ ਪੰਜਾਬ ਦੀ ਤੋਂ। ਅੱਜ ਦੀ ਕਹਾਣੀ ਇਮੋਸ਼ਨਲ ਟਾਈਪ ਸੀ, ਪਰ ਅਗਲੀ ਕਹਾਣੀ ਇੱਕ ਮੋਟੀਵੇਸ਼ਨਲ ਕਹਾਣੀ ਹੋਵੇਗੀ। ਅਗਲੀ ਕਹਾਣੀ ਸੁਣਨ ਲਈ ਚੈਨਲ ਨੂੰ ਅੱਜ ਹੀ ਸਬਸਕ੍ਰਾਈਬ ਕਰੋ ਅਤੇ ਅੱਗੇ ਬਣੀ ਹੋਈ ਘੰਟੀ ਨੂੰ ਵੀ ਜ਼ਰੂਰ ਦਬਾਉਣਾ। ਬਹੁਤ ਜਲਦ ਫਿਰ ਮਿਲਾਂਗੇ ਦੋਸਤੋ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਅਲਵਿਦਾ, ਸਤਿ ਸ਼੍ਰੀ ਅਕਾਲ।